ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਇਨੀਸ਼ੀਏਟਿਵ ਤੇ ਮੈਂ ਨੀਲਮ ਕੁਈਨ ਪ੍ਰਾਈਮ ਕੁਕਿੰਗ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਪੂਰੀ ਟੀਮ ਨੂੰ ਲੈ ਕੇ ਆ ਚੁੱਕੇ ਹਾਂ ਜੀ ਦੁਬਾਰਾ ਤੋਂ ਸੁਪਰ ਮਮਸ ਰੈਸਪੀਜ਼ ਵਾਲੇ ਕਿਰਨਦੀਪ ਉਹਨਾਂ ਦੇ ਘਰ ਤੇ ਦੇਖਦੇ ਆ ਕਿ ਅੱਜ ਇਹ ਕੀ ਬਣਾ ਕੇ ਖਵਾਉਂਦੇ ਆ ਕਿਉਂਕਿ ਮੈਂ ਫੂਡੀ ਹਾਂ ਮੈਨੂੰ ਇਹ ਸ਼ੋ ਬਹੁਤ ਹੀ ਵਧੀਆ ਲੱਗਦਾ ਉਮੀਦ ਕਰਦੀ ਤੁਹਾਨੂੰ ਵੀ ਵਧੀਆ ਲੱਗਦਾ ਹੋਣਾ ਇਹਨਾਂ ਨੂੰ ਪੁੱਛਦੇ ਕਿ ਅੱਜ ਇਹ ਕੀ ਬਣਾ ਕੇ ਖਵਾਉਣਗੇ ਪਹਿਲਾਂ ਸਵਾਗਤ ਕਰਦੇ ਆ ਕੀ ਹਾਲ ਚਾਲ ਬਹੁਤ ਵਧੀਆ ਸੂਟ ਬਹੁਤ ਸੋਹਣਾ ਪਾਇਆ ਥੈਂਕ ਯੂ ਕਹਦਾ ਹੋਰੇ ਤਰੀਫਾਂ ਖਵਾਉਣ ਤੇ ਮਤਲਬ ਜਦੋਂ ਮੈਂ ਕੁਝ ਖਾਣਾ ਹੁੰਦਾ ਨਾ ਫਿਰ ਥੋੜੀਆਂ ਜਿਹੀਆਂ ਤਰੀਫਾਂ ਦਾ ਕੰਨੀਆਂ ਬਣਦੀ ਹੈ ਪੰਪ ਮਾਰਦਾ ਪੰਪ ਨਾ ਮਾਰਾਂ ਮੈਂ ਵੈਸੇ ਵੀ ਮਿੱਠਾਈ ਬਣਾਇਆ ਹੈ ਮਿੱਠੇ ਵਾਲੇ ਅੱਜ ਆਓ ਇਹਨਾਂ ਨੂੰ ਪਤਾ ਹੈ ਕਿ ਮੈਨੂੰ ਮਿੱਠਾ ਬਹੁਤ ਪਸੰਦ ਆ ਇਸ ਲਈ ਇਹ ਵੀ ਜ਼ਿਆਦਾਤਰ ਜਿਹੜੀਆਂ ਰੈਸਪੀਜ਼ ਆ ਮਿੱਠੇ ਵਾਲੀਆਂ ਲਿਆਉਂਦੇ ਆ ਅੱਜ ਮਿੱਠਾ ਜਿਹੜਾ ਮੈਂ ਬਣਾਣ ਲੱਗੀ ਆ ਸਿਰਫ ਨੀਲਮ ਨੂੰ ਨੇ ਮੈਨੂੰ ਲੱਗਦਾ ਸਾਰਿਆਂ ਨੂੰ ਬਹੁਤ ਪਸੰਦ ਆ ਮੈਂ ਚਾਕਲੇਟਸ ਬਣਾਣ ਲੱਗੀ ਆ ਅੱਜ ਓ ਚਲੋ ਠੀਕ ਹੈ ਅੱਜ ਚਾਕਲੇਟ ਖਾ ਲਾਂਗੇ ਕੋਈ ਗੱਲ ਨਹੀਂ ਕਿਉਂਕਿ ਸ਼ੂਟ ਕਰਦੇ ਫਿਰ ਸਾਨੂੰ ਟੇਸ ਤਾਂ ਕਰਨਾ ਪੈਂਦਾ ਹੀ ਹੈ ਬਿਲਕੁਲ ਮਜਬੂਰੀ ਹੈ ਵਿਚਾਰਿਆਂ ਨੂੰ ਅੱਜ ਚਾਕਲੇਟ ਵੈਸੇ ਤਾਂ ਮਾਰਕੀਟ ਚੋਂ ਵੀ ਮਿਲ ਜਾਂਦੇ ਤੁਸੀਂ ਕੀ ਸਪੈਸ਼ਲ ਕਰ ਰਹੇ ਹੋ ਦੇਖੋ ਆਪਾਂ ਕਸਟਮਾਈਜ਼ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਇਲ ਬਹੁਤ ਇੰਪੋਰਟੈਂਟ ਹੈ ਹਮ ਚਾਕਲੇਟਸ ਵਾਲਾ ਜਿਹੜਾ ਕੰਮ ਹੈ ਅਗਰ ਅਸੀਂ ਇਹਨੂੰ ਟੈਕਨੀਕ ਨਾਲ ਕਰੀਏ ਤੇ ਜਿਹੜੇ ਬੀਬੀਆਂ ਪੈਣਾ ਹੈ ਨਾ ਜਿਹੜਾ ਕੁਝ ਸੇਲ ਕਰਨਾ ਚਾਹੁੰਦੇ ਆ ਘਰ ਬੈਠੇ ਕੋਈ ਛੋਟਾ ਵਾਲਾ ਬਿਜ਼ਨਸ ਕਰਨਾ ਚਾਹੁੰਦੇ इवन दे ਕੈਨ ਆਲਸੋ ਡੂ ਥੈਟ ਹਾਂ ਬਿਲਕੁਲ ਹੈ ਨਾ ਮੈਂ ਪੂਰਾ ਦਾ ਪੂਰਾ ਅਸੀਂ ਸਾਨੂੰ ਕੰਪਾਉਂਡਸ ਮਾਰਕੀਟ ਤੋਂ ਮਿਲ ਜਾਂਦੇ ਆ ਠੀਕ ਹੈ ਦੋ ਮੈਥਡਸ ਆਉਂਦੇ ਆ ਆਪਾਂ ਉਹਨਾਂ ਨੂੰ ਈਜ਼ੀ ਮੈਥਡ ਦੇ ਨਾਲ ਔਰ ਦੂਸਰੇ ਮੈਥਡ ਦੇ ਨਾਲ ਅਸੀਂ ਕਿਵੇਂ ਬਣਾ ਸਕਦੇ ਆ ਔਰ ਸਾਨੂੰ ਕੀ ਫਾਇਦਾ ਹੁੰਦਾ ਇਹ ਚਾਕਲੇਟਸ ਦੇ ਨਾਲ ਕੀ ਕੀ ਵੇਰੀਏਸ਼ਨਸ ਕਰ ਸਕਦੇ ਆ ਮੈਂ ਨਾਲ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੀ ਜਾਊਂਗੀ ਅ ਵੀ ਚਾਕਲੇਟ ਸੀ ਹੈ ਬਿਲਕੁਲ ਐਨਓ ਟਕ ਚਾਕਲੇਟ ਕੰਪਾਊਂਡ ਕਹਿੰਨੇ ਆ ਅੱਛਾ ਜੀ ਠੀਕ ਹੈ ਇਹ ਕੰਪਾਊਂਡ ਜਿਹੜਾ ਮਾਰਕੀਟ ਚ ਮਿਲ ਜਾਂਦਾ ਹੈ ਤੇ ਇਹ ਕੰਪਾਊਂਡ ਨੂੰ ਅਸੀਂ ਸਿੰਪਲ ਤਰੀਕੇ ਨਾਲ ਇੱਕ ਮੈਲਟ ਕਰਨਾ ਮੈਂ ਮਾਈਕ੍ਰੋਵੇਵ ਦਾ ਯੂਜ਼ ਕਰ ਰਹੀ ਆ ਬਟ ਉਸ ਤੋਂ ਇਲਾਵਾ ਜਿਹੜਾ ਮੈਥਡ ਹੈ ਮੈਂ ਨਾਲ-ਨਾਲ ਤੁਹਾਨੂੰ ਡਿਸਕ੍ਰਾਈਬ ਕਰਦੀ ਜਾਊਂਗੀ ਓਕੇ ਤੇ ਅਸੀਂ ਇਹਨੂੰ ਮੈਲਟ ਕਰਕੇ ਕਿਵੇਂ ਅਲੱਗ-ਅਲੱਗ ਸਾਂਚੀਆਂ 'ਚ ਟਾਲ ਸਕਦੇ ਆਂ ਔਰ ਕਿਵੇਂ ਅਸੀਂ ਇਹਨਾਂ ਨੂੰ ਪੈਕ ਕਰਕੇ ਅਗਰ ਤੁਸੀਂ ਐਜ਼ ਅ ਬਿਜ਼ਨਸ ਇਹਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨੂੰ ਕਿਵੇਂ ਪੈਕਿੰਗ ਕਰਕੇ ਔਰ ਕਿਵੇਂ ਰੈਪ ਕਰਕੇ ਤੁਸੀਂ ਸੇਲ ਉਵੇਂ ਜਿਹਾ ਉਹ ਦੇਖ ਮੈਂ ਦੱਸਾਂਗੀ ਅੱਛਾ ਤੇ ਜਿੱਦਾਂ ਹੁਣ ਆਪਾਂ ਮਾਰਕੀਟ ਚੋਂ ਲੈਣੇ ਆ ਉਹਦਾ ਨਾਮ ਵੀ ਚਾਕਲੇਟ ਆ ਤੇ ਇਹਦੇ ਵਿੱਚ ਆਪਾਂ ਜਿਹੜੇ ਡਰਾਈ ਫਰੂਟਸ ਆ ਉਹ ਬਣਾ ਕੇ ਕੁਝ ਡਿਫਰੈਂਟ ਤਰ੍ਹਾਂ ਦੀ ਚਾਕਲੇਟ ਬਣਾਉਣੀ ਹੈ ਬਿਲਕੁਲ ਨੀਲਮ ਆਪਾਂ ਇਹਨਾਂ ਨੂੰ ਬਹੁਤ ਵੇਰੀਏਸ਼ਨਸ ਦੇ ਨਾਲ ਬਣਾ ਸਕਦੇ ਆ ਚਾਕਲੇਟਸ ਨੂੰ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਅੱਜ ਜਿਹੜਾ ਪਰਪਸ ਹੈ ਸਾਨੂੰ ਅਸੀਂ ਅਗਰ ਘਰ ਬੈਠੇ ਬੱਚਿਆਂ ਨੂੰ ਚਾਕਲੇਟਸ ਬਹੁਤ ਪਸੰਦ ਆ ਔਰ ਛੋਟੀ ਜਿਹੀ ਬਾਅਦ ਜਿਹੜੀ ਆ ਬਹੁਤ ਐਕਸਪੈਂਸਿਵ ਪੈਂਦੀ ਆ ਹੈਨਾ ਉਹ ਮੈਨੂੰ ਲੱਗਦਾ ਆਈ ਵੋਂਟ ਟੇਕ ਦ ਨੇਮ ਆਫ ਬ੍ਰਾਂਡ ਛੋਟੇ ਜੀ ਚਾਕਲੇਟਸ ਕੋ 80 ਤੇ ਆਂਦੀ ਆ ਕੋਈ 90 ਤੇ ਆਂਦੀ ਆ ਅਬ 100 ਵੀ ਬਹੁਤ ਸਾਰੀਆਂ ਨੇ ਇਸ ਟਾਈਮ ਬਹੁਤ ਮਹਿੰਗੇ ਮਹਿੰਗੇ ਹੋ ਗਏ ਐਗਜ਼ੈਕਟਲੀ ਅੱਛਾ ਡਾਰਕ ਚਾਕਲੇਟਸ ਦੇ ਨਾਮ ਤੇ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਐਕਸਪੈਂਸਿਵ ਚੀਜ਼ਾਂ ਮਿਲਦੀਆਂ ਨੇ ਸੋ ਵੀ ਕੈਨ ਮੇਕ ਇਟ ਹੋਮ ਪਹਿਲੀ ਗੱਲ ਤੇ ਐਸਾ ਨੂੰ ਪਤਾ ਸੀ ਕੀ ਬਣਾਣ ਲੱਗਿਆ ਵੇਰੀਏਸ਼ਨਸ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਡਰਾਈ ਫਰੂਟਸ ਤੇ ਨਾਲ ਵੀ ਬਣਾ ਸਕਦੇ ਆ ਹਰ ਚੀਜ਼ ਦੇ ਨਾਲ ਸਾਡੀ ਜਿਹੜੀ ਵੇਰੀਏਸ਼ਨ ਬਣ ਸਕਦੀ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਰਾਈਸ ਪਫਸ ਆਉਂਦੇ ਆ ਸਪੈਸ਼ਲੀ ਚਾਕਲੇਟ ਪਫਸ ਆਉਂਦੇ ਆ ਅਸੀਂ ਉਹ ਪਾ ਸਕਦੇ ਹਾਂ ਹੋਰ ਤੇ ਹਰ ਤਰ੍ਹਾਂ ਦੀ ਕੇ ਦੀ ਚਾਕਲੇਟ ਤੁਸੀਂ ਘਰੇ ਬਣਾ ਸਕਦੇ ਹੋ ਮੈਂ ਨਾ ਇਹਨੂੰ ਮੈਲਟ ਕਰਨ ਦੀ ਟੈਕਨੀਕ ਤੇ ਆਪਾਂ ਫਿਰ ਸ਼ੁਰੂ ਕਰੀਏ ਬਿਲਕੁਲ ਜੀ ਬਿਲਕੁਲ ਚਲੋ ਜੀ ਕੀ ਕਰਨਾ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਨਾ ਨੀਲਮ ਆਪਾਂ ਮੈਂ ਡਰਾਈ ਫਰੂਟਸ ਨੂੰ ਸਾਈਡ ਤੇ ਰੱਖ ਦਿੰਨੇ ਆ ਅਸੀਂ ਚਾਹੇ ਪਲੇਨ ਬਣਾਈਏ ਚਾਹੇ ਅਸੀਂ ਬਣਾਈਏ ਨੱਟਸ ਵਾਲੀਆਂ ਜਾਂ ਕੋਈ ਵੀ ਵੇਰੀਏਸ਼ਨ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਚਾਕਲੇਟਸ ਬਣਾਉਂਦੇ ਟਾਈਮ ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਆਲੇ-ਦੁਆਲੇ ਕੁਝ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਪਾਣੀ ਵਾਲਾ ਹੱਥ ਨੇੜੇ ਨਹੀਂ ਹੋਣਾ ਚਾਹੀਦਾ ਉਹਦਾ ਕੀ ਰੀਜ਼ਨ ਉਹਦਾ ਕੰਪਾਊਂਡ ਸਾਡਾ ਬਿਲਕੁਲ ਖਰਾਬ ਹੋ ਜਾਏਗਾ ਔਰ ਜਦੋਂ ਅਸੀਂ ਨੂੰ ਗਰਮ ਕਰਾਂਗੇ ਚਾਕਲੇਟ ਨੂੰ ਸੀ ਮੈਲਟ ਕਰਾਂਗੇ ਉਹ ਸਾਡੀ ਚਾਕਲੇਟ ਜਿਹੜੀ ਆ 99% ਖਰਾਬ ਹੁੰਦੇ ਚਾਂਸਸ ਰਹਿਣਗੇ ਤੇ ਅਸੀਂ ਸਟਾਰਟ ਕਰਦੇ ਹਾਂ ਵਿਦ ਚਾਪਿੰਗ ਇਟਸੈਲਫ ਅਗਰ ਸਰ ਗੀਆਂ ਦਾ ਮੌਸਮ ਹੈ ਤੇ ਥੋੜੀ ਹਾਰਡ ਹੁੰਦੀ ਹੈ ਠੀਕ ਹੈ ਗਰਮੀਆਂ ਚ ਹੈ ਤੇ ਅਸੀਂ ਨੂੰ ਆਜਾ ਮਲ ਕਰ ਸਕਦੇ ਆ ਠੀਕ ਹੈ ਤੇ ਨਿਲਮ ਜੀ ਐਪ ਨੇ ਚਾਕਲੇਟ ਜਿਹੜੀ ਹੈ ਫ੍ਰੈਡ ਹੋ ਗਈ ਹੈ ਅੱਛਾ ਜੇ ਤੁਸੀਂ ਕੱਟਣਾ ਨਹੀਂ ਚਾਹੁੰਦੇ ਹੈਨਾ ਜਿਵੇਂ ਸਰਦੀਆਂ ਚ ਬਹੁਤ ਹਾਰਡ ਹੁੰਦੀ ਹੈ ਤੁਸੀਂ ਇਹਨੂੰ ਕद्दूकस ਛੜਾਉਂਦਾ ਗ੍ਰੇਟਰ ਹੁੰਦਾ ਉਹਦੇ ਨਾਲ ਕद्दूकस ਵੀ ਕਰ ਸਕਦੇ ਹੋ ਜਦੋਂ ਜਪਾ ਗਜਰੇਲਾ ਬਣਾਉਣ ਦੇ ਲਈ ਗਾਜਰਾ ਕਰਦੇਗੇ ਮੂਲੀਆਂ ਦੇ ਗਾਜਰ ਲਈ ਮੂਲੀਆਂ ਕद्दूकस ਇਹਨੂੰ ਮੈਂ ਰੱਖ ਦਿਆਂ ਸਾਈਡ ਤੇ ਓਕੇ ਠੀਕ ਹੈ ਔਰ ਤੁਸੀਂ ਮੈਨੂੰ ਦੂਸਰੀ ਵਾਲੀ ਚਾਕਲੇਟ ਵੀ ਦੇ ਦਿਓ ਆ ਲਓ ਠੀਕ ਹੈ ਮੇਕ ਸ਼ੋਰ ਅਗਰ ਤੁਸੀਂ ਵਾਈਟ ਤੋਂ ਬਾਅਦ ਬਲੈਕ ਜਾਂ ਬਲੈਕ ਤੋਂ ਬਾਅਦ ਵਾਈਟ ਕਰ ਰਹੇ ਹੋ ਨਾਈਫ ਸ਼ੁੱਡ ਬੀ ਕਲੀਨ ਇਨਾਫ ਨਹੀਂ ਤੇ ਕਲਰ ਸਾਰਾ ਖਰਾਬ ਹੋ ਜਾਏਗਾ ਠੀਕ ਹੈ ਤੇ ਨੀਲਮ ਜੀ ਵਾਈਟ ਚਾਕਲੇਟ ਵਿਪਿੰਗ ਹੋਗੀ ਸ਼੍ਰੈਡ ਹਮ ਤੇ ਨੈਕਸਟ ਪ੍ਰੋਸੈਸ ਹੈ ਪਹਿਲਾਂ ਮੈਂ ਵਰਬਲੀ ਤੁਹਾਨੂੰ ਦੱਸ ਦਿੰਨੀ ਆ ਕੁਝ ਲੋਗ ਆਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਆਂਦੀ ਵੀ ਹੋਏਗੀ ਬਨਾਨੀ ਪਰ ਆਪਾਂ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਅਸੀਂ ਇਹਨੂੰ ਜਸਟ ਮਾਈਕ੍ਰੋਵੇਵ ਕੀਤਾ ਔਰ ਛੁੱਟੀ ਠੀਕ ਹੈ ਅਸੀਂ ਇਹਨੂੰ ਮਾਈਕ੍ਰੋਵੇਵ ਹੀ ਕਰਨਾ ਹੈ ਪਰ ਅਸੀਂ ਛੋਟੇ-ਛੋਟੇ ਇੰਟਰਵਲਸ ਦੇ ਨਾਲ ਯਾਨੀ ਕਿ ਅਸੀਂ ਇੱਕ ਵਾਰੀ ਮਾਈਕ੍ਰੋਵੇਵ ਆ ਤੇ ਆਪਾਂ microwaves ਦੇ ਅੰਦਰ ਸੁਪੋਜ਼ਿੰਗਲੀ ਲੈਟਸ ਸੇ ਅਸੀਂ 1 ਰੱਖ ਰਿਹਾ 1 ਰੱਖ ਰਿਹਾ ਠੀਕ ਹੈ ਆਪਾਂ ਇਹ ਵਲੀ ਰੱਖਣੀ ਹੈ microwaves ਦੇ ਅੰਦਰ ਹੂੰ ਤੇ 30 ਸੈਕਿੰਡਸ ਲਈ ਚਲਾਇਆ ਫਿਰ ਬੰਦ ਕੀਤਾ ਫਿਰ ਚਲਾਇਆ ਫਿਰ ਬੰਦ ਕੀਤਾ ਅੰਦਰ ਰਹਿਣਾ ਵਿੱਚ ਵਿੱਚ ਉਹਨੂੰ ਹਿਲਾਣਾ ਹੈ ਓ ਠੀਕ ਹੈ ਕਿਉਂਕਿ ਚਾਕਲੇਟ ਹੈ ਇਸ ਸਟੇਜ ਤੇ ਹੈ ਬੜੀ ਸੈਂਸਿਟਿਵ ਹੈ ਬੜੀ ਜਿਹਨੂੰ ਕਹ ਲਓ ਤੁਸੀਂ ਡੈਲੀਕੇਟ ਚੀਜ਼ ਹੈ। ਹਮਮ। ਐਨੋ ਜਦੋਂ ਵੀ ਇੱਕਦਮ ਜ਼ਰਾ ਜਿਹਾ ਵੀ ਸੇਕ ਤੇਜ਼ ਲੱਗਿਆ ਖਾਸ ਕਰ ਵਾਈਟ ਚਾਕਲੇਟ ਨੂੰ। ਹਮਮ। ਜ਼ਰਾ ਜਿਹਾ ਵੀ ਤੇਜ਼ ਸੇਕ ਲੱਗਿਆ ਔਰ ਸਾਡੀ ਚਾਕਲੇਟ ਪੂਰੀ ਖਰਾਬ ਹੋ ਜਾਏਗੀ। ਔਰ ਐਵੀ ਸਸਤੀ ਨਹੀਂ ਆਂਦੀ ਬਹੁਤ ਐਕਸਪੈਂਸਿਵ ਆਂਦੀ ਹੈ। ਤੇ ਚਲੋ ਜੀ ਸਟਾਰਟ ਕਰੀਏ ਫਿਰ ਮੈਂ ਤੁਹਾਨੂੰ ਨਾਲ-ਨਾਲ ਪ੍ਰੈਕਟੀਕਲੀ ਦਿਖਾਨੀ ਆ। ਜੀ ਬਿਲਕੁਲ। ਨੀਲਮ ਜਿਸੀ ਮਾਈਕ੍ਰੋਵੇਵ ਆਨ ਕੀਤਾ ਤੇ ਅੰਦਰ 30 30 ਸੈਕਿੰਡਸ ਦੇ ਬਸਟ ਨਾਲ ਰੱਖਾਂਗੇ 30 ਸੈਕਿੰਡਸ। ਉਸ ਤੋਂ ਬਾਅਦ ਅਸੀਂ ਇਹਨੂੰ ਬੰਦ ਕਰਾਂਗੇ ਫਿਰ 30 ਸਕਿੰਟਸ ਇਸ ਤਰ੍ਹਾਂ ਸੀਨੂੰ ਤਿੰਨ ਤੋਂ ਚਾਰ ਵਾਰੀ ਕਰਨਾ ਹੈ ਜਦੋਂ ਤੱਕ ਸਾਨੂੰ ਪ੍ਰੋਪਰ ਮੈਲਟਿਡ ਚਾਕਲੇਟ ਨਹੀਂ ਮਿਲ ਜਾਂਦੀ ਅਸੀਂ ਉਦੋਂ ਤੱਕ ਇਹਨੂੰ ਇਸੇਂ ਦੋ ਤੋਂ ਤਿੰਨ ਵਾਰੀ ਵਾਈਟ ਵਾਲੇ ਨੂੰ ਤਿੰਨ ਤੋਂ ਚਾਰ ਵਾਰੀ ਲੋਡ ਪਾਏਗੀ ਅੱਛਾ ਠੀਕ ਹੈ ਇਹ ਬਾਸ ਥੋੜੀ ਦੇਰ ਜੀ ਇਹ ਹੋ ਜਾਣੀ ਤੇ ਬਾਅਦ ਵਿੱਚ ਆ ਬਾਕੀ ਚੀਜ਼ਾਂ ਇਹਦੇ ਚ ਪਾਉਣੀਆਂ ਹਾਂਜੀ ਪਹਿਲੇ ਇੱਕ ਵਾਰੀ ਆਪਣੀ ਚਾਕਲੇਟ ਮੈਲਟ ਹੋ ਜਾਏ ਨੈਕਸਟ ਸਟੈਪ ਅਸੀਂ ਨਾਲ-ਨਾਲ ਕਰਦੇ ਰਵਾਂਗੇ ਬਸ 3 2 1 ਤੇ ਆ ਫਰਕ ਦੇਖੋ ਹਲੇ ਇਹਨੂੰ ਕੁਝ ਵੀ ਫਰਕ ਨਹੀਂ ਪਿਆ ਪਰ ਇਹਦੇ ਜਿਹੜਾ نیچے ਜਿਹੜਾ ਚਾਕਲੇਟ ਹੈ ਨਾ ਉਹ ਮੈਲਟ ਹੋ ਚੁੱਕਾ ਹੈ ਗੋਲੀ ਜੀ ਮੈਲਟ ਹੋ ਗਈ ਹੈ ਹਾਂ ਠੀਕ ਹੈ ਅਸੀਂ ਨੂੰ ਇਸ ਤੈ ਉਠਾਣਾ ਸੈਂਟਰ ਚੋਂ ਉਠਾਣਾ ਹੈ ਮੈਨੂੰ ਲੱਗਦਾ ਸੀ ਬਰਤਨ ਚੇਂਜ ਕਰ ਲੈਣੀ ਕੋਈ ਇਹਦੇ ਚ ਲੈ ਲਈ ਹਾਂਜੀ ਚਲੋ ਨਾਲ ਤੁਹਾਨੂੰ ਦਿਖ ਜਾਏਗਾ ਕਿ ਇਹ ਚਾਕਲੇਟ نیچے ਉਹ ਦੇਖੋ ਮੈਲਟ ਹੋਈ ਹੋਈ ਹੈ ਹਮ ਬੇਸ਼ੱਕ ਅਸੀਂ 30 ਸੈਕਿੰਡਸ ਲਗਾਇਆ ਹੈ ਪਰ ਇਹਨੇ ਆਪਣਾ ਟੈਂਪਰੇਚਰ ਜਿਹੜਾ ਹੈ ਉਹ ਚੇਂਜ ਕਰਨਾ ਸਟਾਰਟ ਕਰ ਦਿੱਤਾ ਹੈ ਜੀ ਠੀਕ ਹੈ ਦੇਖੋ ਠੀਕ ਹੈ ਇਹ ਸਿਰਫ 30 ਸੈਕਿੰਡਸ ਤੋਂ ਬਾਅਦ ਸੀਗਾ ਜਦੋਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਉਹਦੇ 'ਚ ਕੋਈ ਫਰਕ ਨਹੀਂ ਪਏਗਾ ਹਾਂ ਪਾ ਦੋ ਠੀਕ ਹੈ ਜੀ ਬਟ ਮੇਕ ਸ਼ੋਰ ਜਿਹੜਾ ਵੀ ਅਸੀਂ ਬਰਤਨ ਯੂਜ਼ ਕਰ ਰਹੇ ਹਾਂ ਕੋਈ ਵੀ ਯੂਜ਼ ਕਰ ਰਹੇ ਹਾਂ ਉਹ ਮਾਈਕ੍ਰੋਵੇਵ ਸੇਫ ਹੋਣਾ ਚਾਹੀਦਾ ਹੈ ਔਰ ਬਿਲਕੁਲ ਸੁੱਕਾ ਹੋਣਾ ਚਾਹੀਦਾ ਬਸ ਇਹਦੇ 'ਚ ਅਸੀਂ ਸਿਰਫ ਇੰਨਾ ਹੀ ਧਿਆਨ ਰੱਖਣਾ ਹੈ ਠੀਕ ਹੈ ਲਿਓ ਜੀ ਅਸੀਂ ਇਹਨੂੰ ਵੀ ਇੱਕ ਵਾਰੀ ਫੇਰ ਚਲਾ ਕੇ ਦੇਖ ਲਈਏ ਹੁਣ ਦੇਖਦੇ ਹਾਂ ਇਹਦੀ ਕੀ ਇਹਨੂੰ ਫੇਰ ਅਸੀਂ ਸੈਂਟਰ ਚੋਂ ਮੇਨ ਦੇਖਣਾ ਹੈ अगे नो बैटर है मैं देखो एक इको बार कट्ठी नहीं, नहीं आप नहीं बिल्कुल भी नहीं करनी अगर थानू लगता है कि एक बार पैंती है वध तो वो फोर्टा फोर्टी फाइव सैकेंड्स नहीं ला बिल्कुल मेल्ट हो गई है देखो बिल्कुल रनिंग कंसटेंसी के दे दिट मीनस वी आर रेडी विथ अच्छा उस तो पहला यह देखो बहुत तरह के ना मार्केट अवेलेबल ने है मॉल्स मिल जाते हैं चॉकलेट वाले एक ਪੀ ਇਹ ਵਾਲਾ ਦਿਖਾ ਦੋ ਪੀ ਵੀ ਸੀ ਵਾਲਾ نیچے ਵਾਲਾ ਵੀ ਦਿਖਾ ਦਿਓ ਕੁਝ ਐਕਸਟਰਾ ਦੀਆਂ ਸ਼ੀਟਸ ਵੀ ਮਿਲਦੇ ਆ ਕੁਝ ਐਕਸਟਰਾ ਮਿਲਦੇ ਆ ਸਿਲੀਕੋਨ ਸ਼ੀਟਸ ਪ੍ਰੇਫਰਬਲੀ ਤੁਸੀਂ ਇਹ ਵਾਲਾ ਲਿਓ ਸਿਲੀਕੋਨ ਵਾਲਾ ਹਾਂ ਸਿਲੀਕੋਨ ਵਾਲਾ ਲਿਓ ਸ਼ੇਪਸ ਜਿਹੜੀਆਂ ਮਰਜੀ ਤੁਸੀਂ ਲੈ ਸਕਦੇ ਹੋ ਮੇਰੇ ਕੋਲ ਬਹੁਤ ਹੈ ਮੈਂ ਤੁਹਾਨੂੰ ਦਿਖਾਣ ਲਈ ਰੱਖੀਆਂ ਨੇ ਛੋਟੀਆਂ ਵੱਡੀਆਂ ਜਿਵੇਂ ਤੁਸੀਂ ਟਾਫੀ ਸਾਈਜ਼ ਦੀਆਂ ਬਣਾਉਣੀਆਂ ਕਿ ਇੱਕ ਇੱਕ ਚੱਕੀ ਔਰ ਇੱਕ ਖਾਲੀ ਤੇ ਤੁਸੀਂ ਇਹ ਵਾਲੀ ਅਗਰ ਤੁਸੀਂ ਸੇਲਿੰਗ ਲਈ ਬਣਾ ਰਹੇ ਹੋ ਔਨ ਡਿਮਾਂਡ ਜਾਏਗਾ ਜੈਲੀ ਜੀ ਵਾਲੇ ਵੀ ਹੈਗੇ ਹਾਂ ਸ਼ਰਪਾ ਏ ਬੀ ਸੀ ਵਾਲਿਆਂ 'ਚ ਮੈਂ ਕਸਟਮਾਈਜ਼ਡ ਨਾਮ ਵਾਲੀਆਂ ਵੀ ਹੈ ਠੀਕ ਹੈ ਤੇ ਆਪਾਂ ਸਟਾਰਟ ਕਰਦੇ ਆ ਨੀ ਲਮ ਸਭ ਤੋਂ ਪਹਿਲਾਂ ਅਸੀਂ ਆਏ ਜਿਹੜੇ ਐ ਇਹ ਵੀ ਮੇਕ ਸ਼ੋਰ ਇਕਦਮ ਅਸੀਂ ਧੋ ਕੇ ਨਹੀਂ ਚੱਕ ਲਿਆ ਨੀ ਇੱਕ ਗਿੱਲੇ ਹੋਏ ਸੁੱਕੇ ਚਾਹੀਦੇ ਆ ਸਾਨੂੰ ਹਮਮ ਇਸ ਸਮੇਂ ਤੇ ਪਾਈਪਿੰਗ ਬੈਗਸ ਮਿਲਦੇ ਆ ਠੀਕ ਹੈ ਅਗਰ ਤੁਹਾਡੇ ਕੋਲ ਨਹੀਂ ਹੈ ਆਪਣੇ ਦੁੱਧੀਆਂ ਥੈਲੀਆਂ ਆਂਦੀਆਂ ਉਹਨਾਂ ਨੂੰ ਕਲੀਨ ਕਰੋ ਅਚੀ ਤਰ੍ਹਾਂ ਸੁਕਾ ਲਓ ਉਸ ਤੋਂ ਬਾਅਦ ਇਹਨੂੰ ਯੂਜ਼ ਕਰੋ ਨੀ ਲਮ ਕੋਈ ਵੀ ਗਲਾਸ ਕੱਚ ਅਵੇਲੇਬਲ ਹੋਏ ਸਟੀਲ ਦਾ ਕੱਚ ਦਾ ਠੀਕ ਹੈ ਉਹਨੂੰ ਪਾਈਪਿੰਗ ਬੈਗ ਵਿੱਚ ਖੋਲਣਾ ਕੈਵਿਟੀ ਬਣਾ ਲੈਣੀ ਆ मतलब ਖੱਡਾ ਕਰ ਲੈਣਾ ਮੈਂ ਤੁਹਾਨੂੰ ਪਾਈਪਿੰਗ ਬੈਗ ਤੋਂ ਬਿਨਾ ਵੀ ਦਿਖਾ ਦੇਣੀ ਆ ਤਾਂ ਕਿ ਜਿਨ੍ਹਾਂ ਕੋਲ ਪਾਈਪਿੰਗ ਬੈਗ ਨਹੀਂ ਹੈਗਾ ਉਹ ਬਚਾਰੇ ਕੀ ਕਰਨਗੇ ਸੋ ਸਿੰਪਲ ਤਰੀਕੇ ਨਾਲ ਅਸੀਂ ਇਹਨੂੰ ਲੈਣਾ ਹੈ ਅਗਰ ਇਹਨੂੰ ਫਿਲ ਕਰਨਾ ਚਾਹਸਤਾ ਸੀ ਠੀਕ ਹੈ मतलब ਇਹਨਾਂ ਵੀ ਸਹੀ ਪੈ ਜਾਂਦੀ ਉਹਦੇ ਵਿੱਚ ਬਿਲਕੁਲ ਪੈ ਜਾਂਦੀ ਹੈ ਹਾਂ ਹਾਂ ਠੀਕ ਹੈ ਅਗਰ ਤੁਸੀਂ ਪਾਈਪਿੰਗ ਬੈਗ ਦੇ ਨਾਲ ਕਰਦੇ ਹੋ ਤੇ ਬੜਾ ਅਗਰ ਤੁਸੀਂ ਪ੍ਰੋਫੈਸ਼ਨਲੀ ਕਰ ਰਹੇ ਹੋ ਤੇ ਤੁਸੀਂ ਬੈਗ ਦੇ ਨਾਲ ਪਾਉਂਗੇ ਤੇ ਬੜਾ ਨੀਟ ਐਂਡ ਕਲੀਨ ਇਫੈਕਟ ਆਏਗਾ ਓਕੇ ਠੀਕ ਹੈ ਹੁਣ ਇਹਨੂੰ ਅਸੀਂ ਟੈਪਿੰਗ ਕਰਨੀ ਹੈ ਜ਼ਰੂਰੀ ਹੈ ਟੈਪਿੰਗ ਇਹਦੇ ਜੋ 에어 ਬੱਬਲਸ ਰਿਲੀਜ਼ ਕਰਨੇ ਹੈ ਜਿਹੜੇ 에어 ਬੱਬਲਸ ਹੈ ਉਹ ਨਿਕਲ ਆਣਗੇ ਠੀਕ ਹੈ ਠੀਕ ਹੈ ਠੀਕ ਹੈ ਹੁਣ ਇਸ ਤੋਂ ਬਾਅਦ ਆਂਦਾ ਤੁਸੀਂ ਕੋਈ ਵੀ ਚੀਜ਼ ਨੂੰ ਇਹਦੇ ਵਿੱਚ ਪਾ ਸਕਦੇ ਹੋ ਜਿਵੇਂ ਆ ਹੋ ਗਿਆ ਠੀਕ ਹੈ ਲਓ ਜੀ 에어 ਰਾਈਸ ਪਰਲਸ ਨੇ ਆਰਾਮਨਾਲ ਮਾਰਕੀਟਸ ਮਿਲ ਜਾਂਦੇ ਨੇ ਹਮ ਹਮ ਮਾਰਕੀਟਸ ਨਾ ਕਿਸੇ ਇੱਕ ਬ੍ਰਾਂਡ ਦੀ ਨਾ ਇਹ ਆਂਦੀ ਹੈ ਚਾਕਲੇਟ ਓਕੇ ਸ਼ਾਇਦ ਕ੍ਰੰਚ ਕਰਕੇ ਤੇ ਇਹ ਅਸੀਂ ਘਰ ਬਣਾ ਰਹੇ ਹਾਂ थोड़ी सी पानी है मेक okay. श्योर sure सारे कोने आज पै जाए ताकि हर बाइट ਦੇ ਵਿੱਚ ਇਹਦਾ स्वाद आए एंड थोड़ी उस तो बाद वापस न उसी लेयर कर देनी है दिते ठीक है ठीक है थोड़ा सा जल्दी-जल्दी ऐसे प्रोसेस करेंगे नहीं क्योंकि ठंडी हो जानी जम जानी ਠੰਡ ਦੇ ਟਾਈਮ ਤੇ ਜਿਹੜਾ ਸਾਨੂੰ ਥੋੜਾ ਜਿਹਾ ਕੁਇਕ ਕਰਨਾ ਹੈ ਗਰਮੀਆਂ ਦੇ ਟਾਈਮ ਤੇ ਤੇ ਇਹਨੂੰ 10-15 ਮਿੰਟ ਲੱਗ ਜਾਂਦੇ ਆ ਐਂਡ ਇੱਕ ਹੋਰ ਇੰਪੋਰਟੈਂਟ ਗੱਲ ਅਸੀਂ ਇਹਨੂੰ ਜਦੋਂ ਵੀ ਸੁਕਾਣਾ ਹੈ ਫ੍ਰਿਜ 'ਚ ਨਹੀਂ ਸੁਕਾਣਾ ਠੰਡਾ ਕਰਨਾ ਹੈ ਇਹਨੂੰ ਮੈਂ ਤਾਂ ਕਹਿ ਨਹੀਂ ਲੱਗੀ ਸੀ ਕਿ ਇਹਨੂੰ ਗਰਮੀਆਂ 'ਚ ਫਿਰ ਫ੍ਰਿਜ 'ਚ ਰੱਖ ਸਕਦੇ ਆ ਆਪਣੇ ਗਰਮੀਆਂ ਦੇ ਵਿੱਚ ਵੱਧ ਤੋਂ ਵੱਧ 5 ਮਿੰਟ ਲਈ ਪਰ ਕੋਸ਼ਿਸ਼ ਕਰੋ ਕਿ ਅਸੀਂ ਇਹਨੂੰ ਫ੍ਰਿਜ 'ਚ ਨਹੀਂ ਸੁਕਾਣਾ ਹੂੰ ਹੂੰ ਠੀਕ ਹੈ ਠੀਕ ਹੈ ਅਸੀਂ ਇਹਦੇ ਐਜਸ ਕਲੀਨ ਕਰਨੇ ਆ ਤਾਂਕਿ ਇਹਦਾ ਜਿਹੜਾ ਠੀਕ ਹੈ ਹੁਣ ਨੈਕਸਟ ਮੈਂ ਬਨਵਿਚ ਤਸ ਦਿੰਨੀ ਆ ਹਾਂ ਹਾਂ ਉਸੇ ਪਾਈਪਿੰਗ ਬੈਗ ਦੇ ਵਿੱਚ ਪਾ ਲੈਣਾ ਨੂੰ ਸਾਰੇ ਚਾਕਲੇਟ ਇਹ ਦੇਖੋ ਇਹਨੂੰ ਮੈਂ ਹਲੇ ਵੀ ਪियर्स ਨਹੀਂ ਕੀਤਾ ਹੋਇਆ ਇਹਨੂੰ ਕੱਟਿਆ ਨਹੀਂ ਹੋਇਆ ਹੁਣ ਇਹਨੂੰ ਜਦੋਂ ਪਤਾ ਹੈ ਕਿ ਅਸੀਂ ਯੂਜ਼ ਕਰਨਾ ਹੈ ਅਸੀਂ ਸਿਰਫ ਉਸੇ ਟਾਈਮ ਹੀ ਇਹਨੂੰ ਕਰਨਾ ਹੈ ਬਟ ਮੇਕ ਸ਼ੋਰ ਜਦੋਂ ਅਸੀਂ ਇਹਨੂੰ ਕੱਟ ਲਿਆ ਉਸ ਤੋਂ ਬਾਅਦ ਅਸੀਂ ਜ਼ਿਆਦਾ ਵੇਟ ਨਹੀਂ ਕਰਨੀ ਠੀਕ ਹੈ ਠੀਕ ਹੈ ਛੋਟੇ ਵਾਲਾ ਤੇ ਅਸੀਂ ਬਿਲਕੁਲ ਬਰੀਕ ਕੱਟ ਲਗਾਇਆ ਮੈਂ ਠੀਕ ਹੈ ਇਹਦੀ ਐਜਸ ਤੱਕ ਪੂਰਾ ਆ ਜਾਏਗਾ ਮੇਕ ਸ਼ੋਰ ਅਸੀਂ ਇਹਨੂੰ ਵਾਪਿਸ ਫ੍ਰਿਜ ਵਿੱਚ ਕਦੇ ਵੀ ਨਹੀਂ ਰੱਖਣਾ ਲੈਟਸ ਸਟਾਰਟ ਵਿਦ ਅ ਵਾਈਟ ਵਨ ਨੀਲਾ ਮਸੀਹ ਨੂੰ ਵੀ ਸੇਮ ਪ੍ਰੋਸੈਸ ਦੇ ਨਾਲ ਹਮਮ ਮਾਈਕ੍ਰੋਵੇਵ ਕਰ ਲਾਂਗੇ ਇਹਨੂੰ ਵੀ ਉਨਾ ਹੀ ਹਾਂ ਬੜੇ سارے ਸੱਜਣ ਹੈ ਨਾ ਉਹ ਕਹਿੰਦੇ ਉਹਨਾਂ ਕਹਿੰਦੇ ਇੱਕ ਵਾਰ ਹੀ ਰੱਖ ਕੇ ਕੰਮ ਖਤਮ ਕਰੋ ਪਰ ਨਾ ਰੱਖਿਓ ਖਰਾਬ ਹੋ ਜਾਊਗੀ ਹਾਂ ਤੇ ਨੀਲਮ ਬਸ ਮੈਨੂੰ ਲੱਗਦਾ ਲਾਸਟ ਬਸਟ ਹੈ ਦਾ ਹਮ ਤੇ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਵਾਈਟ ਚਾਕਲੇਟ ਮਜ਼ੇਦਾਰ ਵੀ ਮੈਲਟ ਹੋ ਗਈ ਹੈ ਮੈਨੂੰ ਤਾਂ ਖੁਦਰ ਨੂੰ ਵੀ ਬਹੁਤ ਹੀ ਪਸੰਦ ਆ ਵਾਈਟ ਚਾਕਲੇਟ ਯੈਸ ਥਿਸ ਇਜ਼ ਦਾ ਪਰਫੈਕਟ ਕਨਸਿਸਟੈਂਸੀ ਟਾਈਮ ਕੰਜ਼ਿਊਮਿੰਗ ਹੈ 2 ਮਿੰਟ ਹੀ ਲੱਗਿਆ ਵੈਸੇ ਤੇ ਹਮਮਤਲਬ ਆਪਾਂ ਨੂੰ ਪੇਸ਼ੈਂਸ ਰੱਖਣੀ ਪੈਂਦੀ ਆ ਬਾਰ-ਬਾਰ ਕ نکال ਕੇ ਇਹਨੂੰ ਚੈੱਕ ਕਰਨਾ ਐਂਡ ਆਲ ਹਮਮ ਪ੍ਰੋਸੈਸ ਅਗੇਨ ਸੇਮ ਹੈ ਮੈਂ ਚਾਕਲੇਟ ਵਿੱਚ ਪਾਤੀ ਆ ਤੇ ਪਾਈਪਿੰਗ ਬੈਗ ਦੇ ਇਮੀਡੀਏਟਲੀ ਇਹ ਕਰਨਾ ਹੈ ਸਰਦੀ ਦੇ ਮੌਸਮ ਚ ਤੇ ਹੋਰ ਵੀ ਕੁਇਕ ਕਰਨਾ ਹੈ ਕਿਉਂਕਿ ਮੈਂ ਇਸ ਟਾਈਮ ਬਹੁਤ ਗਰਮ ਹੈ ਠੀਕ ਹੈ ਨੇ ਚੀ ਕਰ ਲਈਏ ਇੱਕ ਇੱਕ ਲਿਆਓ ਜੀ ਲਿਆਓ ਚਲੋ ਹੁਣ ਤੁਸੀਂ ਜਿਹੜੀ ਜਿਹੜੀ ਖਾਣੀ ਆ ਦੱਸੀ ਚਲੋ ਬਸ ਪ੍ਰੋਸੈਸ ਸੇਮ ਠੀਕ ਹੈ ਅਸੇ ਸਪੂਨ ਨਾਲ ਇੱਕ ਵਾਰੀ ਦਿਖਾ ਦਿੱਤਾ ਹੈ ਠੀਕ ਹੈ ਨਹੀਂ ਲਮ ਇੱਕ ਇੱਕ ਪੀਸ ਨਾ ਤੁਸੀਂ ਡਰਾਈ ਫਰੂਟਸ ਤਾਂ ਰੱਖਣਾ ਹੈ ਸਟਾਰਟ ਕਰ ਦਿਓ ਪੂਰਾ ਪੂਰਾ ਹੀ ਪੂਰਾ ਹੀ ਰੱਖ ਦੋ ਇਹ ਬਣ ਗਈ ਆਪਣੀ ਡਰਾਈ ਫਰੂਟਸ ਵਾਲੀ ਚਾਕਲੇਟ ਠੀਕ ਹੈ असीए किशम रेजिन डाक रेजिंस रोस्ट करके मैं रखे हो इन्हें बादाम ठीक है जी कच्चे भी पा सकते हो पर रोस्टिड ना जरा अच्छा फ्लेवर आंदा है पा दो हो कुछ कंजूसी कर दी है जी <laughs> मैं कितने फुलना <laughs> तो नहीं नीलम मैन लगता है सुक गए हैं छोटे वाले पीसिस है जरा असं सब तो पहला रखे है ना असू पहले निकाल के देखते हैं ਹਾਂ ਮੈਨੂੰ ਲੱਗਦਾ ਹੈ ਕਿ ਸੁੱਕ ਗਿਆ ਬਾਕੀ ਇਹ ਹੋ ਗਿਆ ਠੀਕ ਹੈ ਅੱਛਾ ਨੀਲਾ ਮ ਆਪਾਂ ਜਦੋਂ ਵੀ ਇਹਨੂੰ ਕੱਢ ਲੈਣਾ ਨਾ ਇਫ ਵੀ ਆਰ ਮੇਕਿੰਗ ਇਟ ਫॉर professionl ਯੂਜ਼ ਤੇ ਅਸੀਂ ਕੋਸ਼ਿਸ਼ ਕਰਨੀ ਆ ਕਿ ਇਹਨੂੰ ਘੱਟ ਤੋਂ ਘੱਟ ਹੱਥ ਲੱਗੇ ਉਹ ਇਹਦੀ ਸ਼ਾਈਨ ਜਿਹੜੀ ਆ ਖਰਾਬ ਹੋ ਜਾਏਗੀ ਨਹੀਂ ਤੇ ਵਾਹ ਇਹਨੂੰ ਇੱਧਰ ਚ ਰੱਖਣਾ ਜੀ ਜੀ ਠੀਕ ਹੈ ਜੀ ਇਹ ਵੀ ਸੁੱਕ ਗਈ ਆ ਆਪਾਂ ਇਹਨੂੰ ਵੀ ਕੱਢ ਲੈਨੇ ਆ ਠੰਡੇ ਹੋ ਗਏ ਠੀਕ ਹੈ ਬਹੁਤ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਆ ਅੱਜ ਕੱਲ ਇਹ ਥੋੜੀ ਜਿਹੀ ਗਿੱਲੀ ਸੀਗੀ ਹੂੰ ਹੂੰ ਮੈਨੂੰ ਲੱਗਦਾ ਸੀ ਲਾਸਟ ਵਿੱਚ ਪਾਈ ਸੀ ਔਰ ਇਹ ਦੇਖੋ ਜੀ ਅਚਾ ਹੁਣ ਇਹ ਦੇਖੋ ਅਗਰ ਤੇ ਅਸੀਂ ਬਣਾ ਰਹੇ ਹਾਂ ਅਸੀਂ ਕਰ ਲਈ ਫਿਰ ਤੇ ਓਕੇ ਹੈ ਨਾ ਬੱਚੇ ਇਹਦੇ ਨਾਲ ਹੀ ਬਹੁਤ ਖੁਸ਼ ਹੋ ਜਾਣੇ ਆ ਫੈਮਿਲੀ ਮੈਂਬਰਸ ਬੜੇ ਖੁਸ਼ ਹੋਣਗੇ ਜੀ ਮੰਮੀ ਆ ਬੜੀਆ ਖੁਸ਼ ਰਹਿਣਗੇ ਅਸੀਂ ਚਾਕਲੇਟਸ ਬਣਾਈਆਂ ਬਟ ਇਫ ਵੀ ਆਰ ਡੂਇੰਗ ਇਟ ਫਾਰ ਪ੍ਰੋਫੈਸ਼ਨਲ ਯੂਜ਼ ਬਾਰ ਨੂੰ ਚੁੱਕੋ ਚਾਕੂ ਮਾਰੋ ਇਹਨੂੰ ਈਵਨ ਕਰ ਦੋ ਫਲੈਟ ਕਰ ਲੋ ਅਸੀਂ ਹਲਕਾ ਜਿਹਾ ਬਿਲਕੁਲ ਛਿਲ ਨਹੀਂ ਆ ਨਾ ਅਸੀਂ ਹਾਂ ਹਾਂ ਇਹ ਕਾਦੇ ਲਈ ਦੇਖੋ ਜੀ ਅਸੀਂ ਤੇ ਅਗਰ ਕਾਰਖਾਨਾ ਹੈ ਨਾ ਫਿਰ ਤਾਂ ਠੀਕ ਹੈ ਅਗਰ ਤੁਸੀਂ ਕਿਸੇ ਨੂੰ ਸੇਲ ਕਰ ਰਹੇ ਹੋ ਇਹ ਚੀਜ਼ ਹਾਂ ਹਾਂ ਠੀਕ ਹੈ ਮੈਂ ਬਾਰ ਬਾਰ ਇਸ ਵੀਡੀਓ ਵਿੱਚ ਸੈਲਿੰਗ ਵਾਲਾ ਦੱਸ ਰਹੀ ਹਾਂ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ ਸੀ ਟ੍ਰੇਨਿੰਗ ਕਿੱਥੋਂ ਲਈਏ ਜਾਂ ਇਦਾਂ ਦੇ ਕੋਰਸਸ ਬੜੇ ਮਹਿੰਗੇ ਆਉਂਦੇ ਨੇ ਤੇ ਉਹ ਲੋਕ ਆਪਣਾ ਛੋਟਾ ਮੋਟਾ ਕੰਮ ਸਟਾਰਟ ਕਰ ਸਕਦੇ ਨੇ ਜੀ ਠੀਕ ਹੈ ਤੇ ਅਗਰ ਤੁਸੀਂ ਕਿਸੇ ਨੂੰ ਗੰਦੀ ਜੀ ਚੀਜ਼ ਦੋਗੇ અનਇਵਨ ਚੀਜ਼ ਦੋਗੇ ਤੇ ਸ਼ਾਇਦ ਲੋਕ ਪ੍ਰੀਫਰ ਨਹੀਂ ਕਰਨਗੇ ਉਹ ਕਹਿਣਗੇ ਇਹ ਮਾਰਕੀਟ ਵਰਗੀ ਨਹੀਂ ਹੈ ਤੇ ਜੇ ਮਾਰਕੀਟ ਵਾਲੀ ਅਸੀਂ ਸਾਰੀ ਚੀਜ਼ ਦੇਣੀ ਹੈ ਤੇ ਅਸੀਂ ਇਹਨੂੰ ਪੂਰਾ ਬਰਾਬਰ ਸਾਰੇ ਪਾਸੇੋਂ ਅਸੀਂ ਚੈੱਕ ਕਰਕੇ ਦੇਖੋ ਹੁਣ ਤੁਸੀਂ ਦੇਖੋ ਇਹਦੇ ਵਿੱਚ ਕਿਤੇ ਵੀ ਕੋਈ ਕਮੀ ਰਹਿ ਜਾਂਦੀ ਹੈ ਤੇ ਤੁਸੀਂ ਉਹ ਦੇਖੋ ਇਹਦੇ ਇਵਨ ਐਜਸ ਹੈ ਸਾਰੇ ਹਮ ਠੀਕ ਹੈ ਅਸੀਂ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਹੈ ਔਰ ਰੈਪਿੰਗ ਸ਼ੀਟਸ ਮਿਲ ਜਾਂਦੀਆਂ ਮਾਰਕੀਟ ਤੋਂ ਤੁਸੀਂ ਉਹਦੇ ਵਿੱਚ ਇਹਨੂੰ ਰੈਪ ਕਰੋ ਅਕੋਰਡਿੰਗਲੀ ਤੁਸੀਂ ਕਾ ਵੀ ਸਕਦੇ ਹਾਂ ਸੇਲ ਵੀ ਕਰ ਸਕਦੇ ਹਾਂ ਤੇ ਇਨੀ ਲਮ ਆਪਣੀਆਂ ਚਾਕਲੇਟਸ ਹੋ ਗਈਆਂ ਰੈਡੀ ਹੂੰ ਹੂੰ ਹੁਣ ਤੁਹਾਡੀ ਵਾਰੀ ਹੁਣ ਮੇਰੀ ਵਾਰੀ ਹੈ ਜੀ ਖਾਣ ਦੀ ਜਿਹਦੀ ਸੀ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਮਿਹਨਤ ਦੇਖ ਲਈ ਆਹੇ ਚੱਕਦੀਆਂ ਇਹ ਮਾਰਕੀਟ ਦੇ ਵਿੱਚ ਵੀ ਅਸੀਂ ਜਦੋਂ ਲੈਂਦੇ ਆ ਕਾਫੀ ਐਕਸਪੈਂਸਿਵ ਹੁੰਦੀਆਂ ਮਹਿੰਗੀਆਂ ਹੁੰਦੀਆਂ ਆ ਘਰ ਦੇ ਵਿੱਚ ਇਕੱਠੀ ਲਿਆ ਕੇ ਤੁਸੀਂ ਆਪਣੇ ਤਰ੍ਹਾਂ ਦਾ ਡਿਜ਼ਾਈਨ ਜਿੱਦਾਂ ਦਾ ਮਰਜ਼ੀ ਚਾਹੀਦਾ ਆ ਉਹ ਬਣਾ ਲਓ ਬਿਲਕੁਲ ਤੇ ਆ ਚੀਜ਼ ਜਿਹੜੇ ਸਿਲੀਕੋਨ ਇਹਨੂੰ ਕਹਿੰਦੇ ਜੀ ਬਿਲਕੁਲ ਸਿਲੀਕੋਨ ਵਾਲੇ ਡਿਜ਼ਾਈਨ ਜਿਹੜੇ ਇਹਨੂੰ ਮੋਲਡ ਮੋਲਡ ਸਾਂਚਾ ਹਾਂ ਇਹ ਲਿਆ ਕੇ ਇਹਦੇ ਵਿੱਚ ਤੁਸੀਂ ਮਤਲਬ ਬਣਾ ਸਕਦੇ ਹੋ ਹੁਣ ਮੈਂ ਇਹ ਖਾ ਕੇ ਦਿਖਾਉਣੀ ਆ ਇਹ ਵੈਸੇ ਵੀ ਮੇਰੀ ਫੇਵਰਿਟ ਆ ਹੂੰ ਮਾਰਕੀਟ ਵਾਲੇ ਨਾਲੋਂ ਕੁਝ ਡਿਫਰੈਂਟ ਹੈ ਮੈਨੂੰ ਬਹੁਤ ਸਵਾਲ ਲੱਗ ਰਹੀਆਂ ਮੈਂ ਆ ਵੀ ਟ੍ਰਾਈ ਕਰਦੀ ਹਾਂ ਤੁਸੀਂ ਵੀ ਇਹਨੂੰ ਜ਼ਰੂਰ ਟ੍ਰਾਈ ਕਰਿਓ ਬਹੁਤ ਅੱਛਾ ਰਿਜ਼ਲਟ ਆਏਗਾ ਹੂੰ ਮੈਂ ਲਾਦਾ ਤਾਂ ਪਹਿਤੋਂ ਕੈਮਰਾ ਬੰਦ ਕਰਾ ਦਈਏ ਕਿਉਂਕਿ ਮੈਂ ਖਾਣੀ ਆ ਸੋ ਮੈਨ ਲਾਦਾ ਕਿ ਹੁਣ ਆਪਾਂ ਇੱਥੇ ਪ੍ਰੋਗਰਾਮ ਨੂੰ ਖਤਮ ਕਰ ਦਈਏ ਕਿਉਂਕਿ ਫਿਰ ਮੈਂ ਆ ਵੀ ਖਤਮ ਕਰਨੀ ਹੈਗੀ ਅਗਲੀ ਵਾਰ ਮੈਂ ਸੋ ਪਹਿਲਾਂ ਮੇਰੇ ਕੋਲ ਕੁਝ ਸਰਪ੍ਰਾਈਜ਼ ਹੈ ਕੀ ਸਰਪ੍ਰਾਈਜ਼ ਹੈ ਮੈਂ ਪਹਿਲਾਂ ਚਾਕਲੇਟ ਖਾਵਾਂ ਕਿ ਪਹਿਲਾਂ ਸਰਪ੍ਰਾਈਜ਼ ਲਵਾਂ ਪਹਿਲਾਂ ਸਰਪ੍ਰਾਈਜ਼ ਹੋਣਾ ਚਾਹੀਦਾ ਆ ਫਿਰ ਅੱਖਾਂ ਬੰਦ ਕਰੋ ਇੱਧਰ ਤਾਂ ਖੋਲ ਸਕਦੀਆਂ ਖੋਲੋ ਓ ਪ੍ਰਾਈਮ ਇਸ ਇਹ ਕਿਹੜੇ ਵੇਲੇ ਤੁਸੀਂ ਬਣਾ ਲਿਆ ਇਹ ਜਦੋਂ ਤੁਸੀਂ ਖਾਂਚ ਬਿਜ਼ੀ ਸੀਗੇ ਠੀਕ ਹੈ ਪ੍ਰਾਈਮਸ਼ੀਆ ਟੀਵੀ ਜਿੰਨੂੰ ਮੈਂ ਜਾਣਾ ਆ ਜੇ ਖਾ ਨਾ ਖਾਣਾ ਨਹੀਂ ਹਾਂ ਹਾਂ ਇਹ ਤਾਂ ਪੈ ਇੱਦਾਂ ਹੀ ਲਗਾ ਕੇ ਰੱਖਣਾ ਨਹੀਂ ਫੇ ਐਵੇਂ ਪੈ ਖਰਾਬ ਹੋ ਕੇ ਖਾ ਲੂੰਗੀ ਨਾ ਮੈਂ ਮਿੱਠਾ ਮੂੰਹ ਕਰ ਸਕਦੇ ਆ ਪ੍ਰਾਈਮਸ਼ੀਆ ਟੀਵੀ ਦੇ ਨਾਲ ਚਲੋ ਜੀ ਤੁਸੀਂ ਪ੍ਰਾਈਮੇਰੀ ਸ਼ੀ ਟੀਵੀ ਦੇਖਦੇ ਰਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਜਿਹੜੀ ਰੈਸਪੀ ਆ ਬਹੁਤ ਹੀ ਪਸੰਦ ਆਈ ਹੋਣੀ ਆ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾਇਓ ਤੇ ਹੁਣ ਮੈਂ ਇਹਨੂੰ ਖਾ ਲਵਾਂ ਅਗਲੀ ਵਾਰੀ ਫੇਰ ਮਿਲਦੇ ਆ ਤੁਸੀਂ ਦੇਦਰ ਪ੍ਰਾਈਮੇਰੀ ਸ਼ੀ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਟੇਕਰ ਬਾਏ ਸਤਿ ਸ਼੍ਰੀ ਅਕਾਲ